ਪਿਆਰੇ ਵਿਦਿਆਰਥੀਓ ਮਨੁੱਖੀ ਸਮਾਜ ਦਾ ਸਰੂਪ ਵਿਸ਼ੇਸ਼ਤਾਵਾਂ ਜਾਂ ਲੱਛਣ ਇਸ ਤਰ੍ਹਾਂ ਹਨ ਇਸ ਦੇ ਮੇਨ ਪੁਆਇੰਟ ਸਮਾਜ ਅਮੂਰਤ ਹੁੰਦਾ ਹੈ ਸਮਾਜ ਇਹ ਸਮਾਜਿਕ ਸਬੰਧਾਂ ਉੱਪਰ ਆਧਾਰਿਤ ਹੁੰਦਾ ਹੈ ਇਹਨਾਂ ਵਿੱਚ ਆਪਸੀ ਚੇਤਨਤਾ ਹੋਣੀ ਜ਼ਰੂਰੀ ਹੈ ਸਮਾਜ ਵਿੱਚ ਸਹਿਯੋਗ ਅਤੇ ਸੰਘਰਸ਼ ਪਾਇਆ ਜਾਂਦਾ ਹੈ ਸਮਾਜ ਵਿੱਚ ਸਮਾਨਤਾ ਅਤੇ ਅਸਮਾਨਤਾ ਦੋਵੇਂ ਪਾਈਆਂ ਜਾਂਦੀਆਂ ਹਨ ਸਮਾਜ ਵਿੱਚ ਅੰਤਰ ਨਿਰਭਰਤਾ ਵੀ ਹੁੰਦੀ ਹੈ ਸਮਾਜ ਹਮੇਸ਼ਾ ਪਰਿਵਰਤਨਸ਼ੀਲ ਅਤੇ ਜਟਿਲ ਪ੍ਰਣਾਲੀ ਰਹੀ ਹੈ ਇਸ ਦੇ ਵਿੱਚ ਨਿਯੰਤਰਣ ਹੋਣਾ ਵੀ ਜ਼ਰੂਰੀ ਹੈ ਅਤੇ ਲੋਕਾਂ ਵਿੱਚ ਆਪਸੀ ਸਤੰਤਰਤਾ ਵੀ ਪਾਈ ਜਾਂਦੀ ਹੈ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਇਸ ਦੇ ਪੁਆਇੰਟਸ ਡਿਟੇਲ ਦੇ ਵਿੱਚ ਜਾਣਨ ਲਈ ਇਸ ਲਿੰਕ ਤੇ ਕਲਿੱਕ ਕਰੋ ਜੋ ਕਿ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਜਾ ਰਿਹਾ ਹੈ ਥੈਂਕ ਯੂ